ਸਿਮਰਨੇ ਪਾਏ ਨੇ ਗਲਾਂ ਵਿੱਚ ਐ ਦੂਜਿਆਂ ਨੂੰ ਵਿਖਾਉਣ ਵਾਸਤੇ ਸੋਹਣੇ ਸੁਣੀਆਂ ਆ ਰਿਸ਼ਤਾ ਕਰਨ ਵੇਲੇ ਕਈ ਵਾਰੀ ਪਰਿਵਾਰ ਕਿਰਪਾਨਾ ਉਤੋਂ ਦੀ ਪਾ ਕੇ ਜਾਂਦੇ ਨੇ ਉਹ ਤੇ ਨੋ ਬਾਤ ਚੜਨ ਕੇ ਦੱਸ ਦਈਏ ਇਹ ਦਿੱਸਦੇ ਕੁਝ ਹੋਰ ਅੰਦਰੋਂ ਕੁਝ ਹੋਰ ਨੇ ਮੈਂ ਵੀ ਨਹੀਂ ਕਹਿੰਦਾ ਸਾਰੇ ਕੁਝ ਇਹ ਆ ਪਰ ਕਿਤੇ ਨਾ ਕਿਤੇ ਐਸਾ ਲੱਗ ਰਿਹਾ ਤੇਰਾ ਕਰਦਾਰ ਐਸਾ ਉੱਚਾ ਬਣ ਜਾਏ ਤੇਰੀ ਸੋਚ ਐਡੀ ਉੱਚੀ ਬਣ ਜਾਏ ਮਾਫ ਕਰਨਾ 파ਟ ਕਰਨਾ ਮਾਡੀ ਗੱਲ ਨਹੀਂ ਪਰ ਕਈ ਵਾਰੀ ਦੁਕਾਨਦਾਰ ਕਸਟਮਰ ਨੂੰ ਖਿੱਚਣ ਲਈ ਵੀ 파ਟ ਕਰਦਾ ਪਤਾ ਲੱਗੇ ਯਾਰ 파ਟ ਕਰ ਰਿਹਾ ਇਹ ਥੋੜਾ ਧੋਖਾ ਕਰੇਗਾ ਉੱਥੇ ਫਿਰ ਬੰਦਾ ਰੇਟ ਵੀ ਨਹੀਂ ਕਰਦਾ ਉੱਥੇ ਬਾਅਦ ਚ ਪਤਾ ਲੱਗਦਾ ਇਹਨੇ ਸਭ ਤੋਂ ਵੱਧ ਠੱਗ ਲਿਆ ਸਾਨੂੰ ਹੌਸਲਾ ਦੂਜਾ ਬੰਦਾ ਇੰਨੀ ਠੱਗੀ ਨਾ ਮਾਰਦਾ ਬੰਦਿਆ ਐਸਾ ਨਾ ਕਰ ਇਥੇ ਗੱਲ ਕੱਲੀ ਬਿਪਰ ਦੀ ਨਹੀਂ ਹਰ ਮਜਬਦੇ ਬੰਦੇ ਦੀ ਗੱਲ ਹੈ ਜਿਹੜਾ ਵੀ ਬੰਦਾ ਦੇਸ ਧਰਮੀ ਰਿਹਾ ਪਰ ਧਰਮ ਕੋਲ ਨਹੀਂ ਹੈਗਾ ਤੋਂ ਪਾਸ਼ੇ ਤੇ ਬਾ ਕਮਾਲ ਗੱਲਾਂ ਕਰਦੇ ਨੇ ਕਹਿੰਦੇ ਨੇ ਤਰੇ ਪਾਲ ਤਿੰਨਾ ਪਾਲਾਂ ਵਾਲਾ ਗੈਤਰੀ ਮੰਤਰ ਤਿਹਾਲ ਵਿਚਾਰਨ ਤਿੰਨ ਵਕਤ ਉਹਦਾ ਪਾਠ ਕਰਦਾ ਹੈ ਗਲ ਮਾਲਾ ਗਲ ਚ ਮਾਲਾ ਪਾਉਂਦਾ ਹੈ ਤਿਲਕ ਲਾਟਣ ਲਲਾਟ ਆਪਣੇ ਮੱਥੇ ਉੱਤੇ ਤਿਲਕ ਲਾਉਂਦਾ ਹੈ ਚੰਦਨ ਦੇ ਤਾਂ ਕਿ ਪਤਾ ਲੱਗੇ ਇਹਦੇ ਨਾਲ ਦਾ ਰੱਬ ਦਾ ਭਗਤ ਕੋਈ ਨਹੀਂ ਦੋ ਧੋਤੀ ਦੋ ਧੋਤੀਆਂ ਕੋਲ ਰੱਖਦਾ ਹੈ ਸਾਡੇ ਵੀਰ ਕੇ ਸ਼ਹਿਰਾ ਰੱਖਦੇ ਨੇ ਹੁਣ ਮੈਂ ਫਿਰ ਨਾਣ ਨਾਲ ਕਹੀ ਜਨਾ ਇੱਥੇ ਕੋਈ ਬ੍ਰਾਹਮਣ ਸੁਣਦਾ ਹੋਵੇ ਕੋਈ Hindu ਵੀਰ ਸੁਣਦਾ ਉਹ ਵੀ ਸ਼ਾਇਦ ਸਾਡੀ ਗੱਲ ਹੋ ਰਹੀ ਹੈ ਨਹੀਂ ਭਰਾਵਾ ਤੁਹਾਡਾ ਵੀ ਨਾਂ ਲਿਆ ਨਾਲ ਆਪਣੀ ਵੀ ਗੱਲ ਕੀਤੀ ਅਸੀਂ ਆਪਣਾ ਵਿਹੜਾ ਵੀ ਸਾਫ਼ ਕਰ ਰਹੇ ਆਂ ਇਹ ਅਸਲ ਤਾਂ ਸੱਚੀ ਗੱਲ ਇਹ ਹੈ ਤੁਹਾਡੇ ਨਾਲੋਂ ਵੱਧ ਗੰਦ ਅਸੀਂ ਆਪਣੇ ਵਿਹੜੇ 'ਚ ਵੇਖ ਰਹੇ ਹਾਂ ਜਿਆਦਾ ਪਿਆ ਹੋਇਆ ਹੈ ਕਿਹੜਾ ਗੁਨਾਹ ਨਹੀਂ ਹੋ ਰਿਹਾ ਕਿਹੜੇ ਕਰਮਕਾਂਡ ਨਹੀਂ ਹੋ ਰਹੇ ਸੰਪੜਪਾੜ ਇੱਥੇ ਹੋ ਰਿਏ ਨੇ ਇਕੋਤਰੀਆਂ ਇੱਥੇ ਹੋਈ ਜਾਂਦੀਆਂ ਨੇ ਸਾਰ ਕਰਮਕਾਂਡ ਜਿਹੜਾ ਸਿੱਖਾਂ ਦੇ ਕੋਲੋਂ ਗੁਰੂ ਦੇ ਨਾਮ ਤੇ ਕਰਵਾਇਆ ਜਾ ਰਿਹਾ ਦੁਇ ਧੋਤੀ ਬਸਤਰ ਕਪਾਟਿੰਗ ਬਸਤਰ ਕਪਾਟਿੰਗ ਆਪਣੇ ਸਿਰ ਦੇ ਉੱਤੇ ਬਸਤਰ ਵੀ ਰੱਖਦਾ ਹੈ ਮੰਤਰ ਪੜ੍ਹਨ ਵੇਲੇ ਫਿਰ ਕਹਤਾ ਜੇ ਜਾਨਸ ਬ੍ਰਹਮ ਕਰਮੰ ਜੇ ਤੂੰ ਇਹ ਸਮਝਦਾ ਵੀ ਆ ਸਾਰੇ ਉੱਪਰ ਵਾਲੇ ਜਿਹੜੇ ਕਰਮ ਨੇ ਇਹ ਰੱਬ ਦੇ ਘਰ ਪ੍ਰਵਾਨ ਹੋਣ ਲਈ ਕਰ ਰਹੇ ਆ ਕਹਿੰਦੇ ਤੇਰਾ ਭਲੇਖਾ ਏ ਇਹਨਾਂ ਚੋਂ ਇੱਕ ਵੀ ਕਰਮ ਉਹਦੇ ਦਰ ਤੇ ਪ੍ਰਵਾਨ ਹੋਣ ਲਈ ਤੇਰੀ ਮਦਦ ਨਹੀਂ ਕਰੇਗਾ ਜਾਨੀ ਕਿ ਤੈਨੂੰ ਸਚਾਰਾ ਬਣਾਉਣ ਵਿੱਚ ਉਹਦੇ ਦਰ ਤੇ ਪ੍ਰਵਾਨ ਹੋਣ ਦਾ ਅਰਥ ਕੀ ਏ ਤੇਰੀ ਜ਼ਿੰਦਗੀ ਚ ਸਚਾਰਾ ਬਣਾਉਣ ਵਿੱਚ ਇਹਨਾਂ ਚੋਂ ਇੱਕ ਵੀ ਕਰਮਕਾਂਡ ਤੇਰੀ ਹੈਲਪ ਨਹੀਂ ਕਰ ਸਕਦਾ ਉਸ ਤੋਂ ਤੇ ਕੀਮ ਸਚਾਰਾ ਹੋਈ ਏ ਕਿ ਉਹ ਕੂੜਾ ਟੁੱਟੇਪਾਲ ਹੁਕਮਰ ਜਾਈ ਚਲਣਾ ਮਾਰੇ ਕਹਿੰਦੇ ਨਾਨਕ ਲਿਖਿਆ ਨਾਲ ਜੇ ਜਾਨਸ ਬ੍ਰਹਮ ਕਰਮ ਸਭ ਫੋਕਟ ਨਿਸ਼ਚੋ ਕਰਮ ਜੇ ਤੇ ਇਹ ਸਮਝਦਾ ਵੀ ਇਨਾਂ ਕਰਮਾਂ ਨਾਲ ਮੈਂ ਜ਼ਿੰਦਗੀ ਚ ਧਰਮੀ ਬਣ ਜੂ ਇਹ ਵਿਸ਼ਵਾਸ ਜਾਣੀ ਆ ਸਭ ਪਰਲੇ ਦੱਸੇ ਫੋਕਟ ਕਰਮ ਹੈ ਹੁਣ ਜਿਹੜੇ ਕਹਿੰਦੇ ਵੇਖੋ ਜੀ ਕਿਸੇ ਦਾ ਕਿਸੇ ਦੀ ਸ਼ਰਧਾ ਨੂੰ ਸੱਟ ਨਹੀਂ ਮਾਰਨੀ ਚਾਹੀਦੀ ਤੇ ਆਹ ਮਹਾਰਾਜ ਨੇ ਕੀ ਕੀਤਾ ਲਿਹਾਜ ਕੀਤਾ ਇਥੇ ਇਥੇ ਅਖੌਤੀ ਸ਼ਰਧਾ ਹੈ ਜਿਹੜੀ ਅਸਲੀ ਸ਼ਰਧਾ ਹੈ ਨਾ ਉਹ ਅਸਲੀ ਸ਼ਰਧਾ ਬਣਾਈ ਹੈ ਸਭ ਨੂੰ ਸ਼ਰਧਾ ਸ਼ਰਧਾ ਇਹ ਅੰਧਵਿਸ਼ਵਾਸ ਹੈ ਅੰਧਵਿਸ਼ਵਾਸ ਨੂੰ ਸਾਡੇ ਲੋਕਾਂ ਨੇ ਸ਼ਰਧਾ ਦਾ ਨਾਮ ਦੇ ਦਿੱਤਾ ਇਹ ਅੰਧਵਿਸ਼ਵਾਸ ਹੈ ਇਹ ਅਗਿਆਨਤਾ ਹੈ ਬੇਸਮਝੀ ਹੈ ਸ਼ਰਧਾ ਨੂੰ ਸੱਟ ਨਹੀਂ ਮਾਰੀ ਮਹਾਰਾਜ ਨੇ ਇਹ ਸ਼ਰਧਾ ਨਹੀਂ ਹੈ ਅੰਧਵਿਸ਼ਵਾਸ ਹੈ ਬੇਵਿਸ਼ਵਾਸੀ ਹੈ ਦਿਸਦਾ ਕੁਝ ਹੋ ਰਿਹਾ ਜਿਹੜੀ ਅਸਲੀ ਸ਼ਰਧਾ ਹੈ ਉਹਦੇ ਤਾਂ ਕੁਰਬਾਨ ਜਾਂਦੇ ਨੇ ਜਿੰਨ ਜਦ ਸ਼ਰਦਾ RAM ਨਾਮ ਲੱਗੀ ਤੰ ਦੂਜੇ ਚੇਤਨ ਲਾਇਆ RAM ਜੇ ਧਰਤੀ ਸਭ ਕੰਚਨ ਕਰਦੀ ਜਾਏ ਬਿਨ ਨਾਵੇਂ ਵਰਨਾ ਪਾਇਆ RAM ਸ਼ਰਦਾ ਤਾਂ ਪੈਦਾ ਕੀਤੀ ਹੈ ਜਿਨ੍ਹਾਂ ਦੀ ਸ਼ਰਦਾ ਸੱਚ ਨਾਲ ਲੱਗ ਗਈ ਉਹਨਾਂ ਨੂੰ ਕੋ ਬੰਦਾ ਕਹੇ ਨਾ ਫਲਾਣੇ ਥਾਂ ਤੇ ਕੋ ਬਾਬਾ ਆਇਆ ਉੱਥੇ ਆਪਾਂ 4 ਤੋਲੇ ਸੋਨਾ ਲੈ ਕੇ ਜਾਈਂ 8 ਤੋਲੇ ਬਣਾ ਦਿੰਦਾ ਉਹ ਕਹਿੰਦਾ ਨਾ ਭਾਈ ਹੁਣ ਤਾਂ ਕੋ ਸਾਰੀ ਧਰਤੀ ਵੀ ਸੋਨੇ ਦੀ ਬਣਾਉਣ ਵਾਲਾ ਬਾਬਾ ਆਜੇ ਮੈਂ ਤਾਂ ਵੀ ਨਹੀਂ ਜਾਂਦਾ ਕਿਉਂਕਿ ਮੇਰੀ ਹੁਣ ਸ਼ਰਦਾ ਆਪਣੇ ਮਾਲਕ ਨਾਲ ਜੁੜ ਗਈ ਹੈ ਸ਼ਰਦਾ ਅਰਥ ਹੁੰਦਾ ਅਟੈਚਮੈਂਟ ਕੁੱਤੇ ਤੋਂ ਸਿੱਖ ਲਈਏ ਬੰਦਿਆ ਇਹਦੇ ਤੋਂ ਸਿੱਖ ਲਾ ਗਰੀਬ ਮਾਲਕ ਹੋਵੇ ਉਹਦੇ ਘਰ ਕੁੱਤਾ ਹੋਵੇ ਨਾ ਅਮੀਰ ਉਹਦਾ ਰਿਸ਼ਤੇਦਾਰ ਉਹਦੇ ਘਰ ਆ ਜਾਏ ਉਹਨੂੰ ਲੱਖ ਲਾਲਚ ਦੇ ਕੇ ਆਪਣੇ ਨਾਲ ਖੜਨਾ ਚਾਹੀਏ ਉਹ ਕਹਿੰਦਾ ਮੇਰੀ ਸ਼ਰਧਾ ਹੁਣ ਆਪਣੇ ਮਾਲਕ ਨਾਲ ਹੈ ਜਾਨੀ ਕਿ ਮੇਰੀ ਆਪਣੇ ਮਾਲਕ ਨਾਲ ਅਟੈਚਮੈਂਟ ਹੈ ਤੇਰੇ ਮਗਰ ਨਹੀਂ ਜਾਵਾਂਗਾ ਮੈਂ ਤੇਰੇ ਮਗਰ ਕਿਉਂ ਜਾਵਾਂ ਮੈਂ ਭਾਵੇਂ ਤੇਰੀ ਗੱਡੀ ਬਹੁਤ ਵੱਡੀ ਹੈ ਭਾਵੇਂ ਤੇਰਾ ਘਰ ਬੜਾ ਵੱਡਾ ਹੈ ਹੁਣ ਮੇਰੀ ਅਟੈਚਮੈਂਟ ਆ ਇਹਨੂੰ ਕਿਤੇ ਵਫਾਦਾਰੀ ਆਪਣੇ ਮਾਲਕ ਨਾਲ ਸਾਂਝ ਪੈ ਗਈ ਹੈ ਤਾਂ ਸ਼ਰਧਾ ਤੇ ਅੰਧਵਿਸ਼ਵਾਸ ਬੇਸਮਝੀ ਅਗਿਆਨਤਾ ਵਿੱਚ ਫਰਕ ਹੈ ਆ ਅਗਿਆਨਤਾ ਹੈ ਅਗਿਆਨਤਾ ਵਸ ਕੀਤੇ ਹੋਏ ਕਰਮ ਕਾਂਡ ਜਿਹਨੂੰ ਦੱਸ ਇਹ ਰਿਹਾ ਸੀ ਹੈਗਾ ਝੂਠ ਸੀ ਪਰ ਗਹਿਣੇ ਬਣਾ ਬਣਾ ਕੇ ਵੇਚ ਰਿਹਾ ਸੀ ਮੁਖ ਝੂਠ ਬਪੂਖਣ ਸਾਰਨ ਪਾਸ਼ਾ ਨੂੰ ਕਹਿਣਾ ਪਿਆ ਜੇ ਜਾਣ ਸੁ ਬ੍ਰਹਮ ਕਰਮੰ ਸਭ ਫੋਕਟ ਨਿਸ਼ਚਉ ਕਰਮ ਕਹਿਣ ਲੱਗੇ ਕਹੁ ਨਾਨਕ ਨਿਸ਼ਚਉ ਧਿਆਵੈ ਨਿਸ਼ਚਉ ਦਾ ਅਰਥ ਕੇ ਵਿਸ਼ਵਾਸ ਨਾਲ ਯਕੀਨ ਨਾਲ ਭਰੋਸੇ ਨਾਲ ਜਿਹੜਾ ਸੱਚ ਨਾਲ ਜੁੜਦਾ ਹੈ ਰੱਬੀ ਗੁਣ ਆਪਣੀ ਜ਼ਿੰਦਗੀ ਚੋਂ ਪ੍ਰਗਟ ਕਰਦਾ ਹੈ ਵਿਨ ਸਤਗੁਰ ਵਾਟ ਨਾ ਪਾਵੇ ਇਹ ਪੱਕੀ ਗੱਲ ਹੈ ਗੁਰੂ ਤੋਂ ਬਿਨਾ ਮਨੁੱਖ ਨੂੰ ਜ਼ਿੰਦਗੀ ਦਾ ਸਹੀ ਰਸਤੇ ਦਾ ਪਤਾ ਨਹੀਂ ਲੱਗਦਾ